ਮੈਡੀਸਨ ਪ੍ਰੋਫੈਸ਼ਨ ਹਮੇਸ਼ਾ ਤੋਂ ਹੀ ਕਮਿਊਨਿਟੀ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ। ਇਸ ਪ੍ਰੋਫੈਸ਼ਨ ਵਿੱਚ ਨਾ ਸਿਰਫ ਲੋਕਾਂ ਨੂੰ ਫਾਈਨੈਂਸ਼ੀਅਲ ਸਟੈਬਿਲਿਟੀ ਬਲਕਿ ਕਮਿਊਨਿਟੀ ਦੀ ਸੇਵਾ ਕਰਨ ਦਾ ਮੌਕਾ ਵੀ ਮਿਲਦਾ ਹੈ। ਇਸ ਪ੍ਰੋਫੈਸ਼ਨ ਦੇ ਵਿੱਚ ਸਭ ਤੋਂ ਅਹਿਮ ਹੁੰਦਾ ਹੈ ਕਿ ਬੱਚਿਆਂ ਨੂੰ ਕਿਵੇਂ ਮੈਡੀਸਨ ਪ੍ਰੋਫੈਸ਼ਨ ਬਾਰੇ ਗਾਈਡ ਕੀਤਾ ਜਾਵੇ, ਉਹਨਾਂ ਦੀਆਂ ਸਮੱਸਿਆਵਾਂ ਨੂੰ ਕਿਵੇਂ ਸੁਲਝਾਇਆ ਜਾਵੇ ਅਤੇ ਪਰਿਵਾਰਕ ਮੈਂਬਰ ਕਿਵੇਂ ਆਪਣੇ ਬੱਚਿਆਂ ਨੂੰ ਦੂਰ ਨਾ ਭੇਜ ਕੇ ਬਲਕਿ ਆਪਣੇ ਮੁਲਕ ਵਿੱਚ ਇਸ ਖਿੱਤੇ ਨਾਲ ਜੋੜ ਸਕਦੇ ਨੇ। ਇਹ ਸਾਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰੀਅਸ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਵੱਲੋਂ, ਜਿਸ ਦੇ ਵਿੱਚ ਕਿਵੇਂ ਬੱਚਿਆਂ ਦਾ ਭਵਿੱਖ ਸਵਾਰਿਆ ਜਾ ਸਕਦਾ ਹੈ ਇਸ ਸੰਬੰਧੀ ਜਾਣਕਾਰੀ ਦਿੱਤੀ ਸੰਸਥਾ ਦੇ ਡੀਨ ਡਾਕਟਰ ਗੁਰਮੀਤ ਚਲਾਣਾ ਵੱਲੋਂ। ਆਓ ਸੁਣਦੇ ਹਾਂ ਕੀ ਕਹਿਣਾ ਉਹਨਾਂ ਦਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਹਮੇਸ਼ਾ ਇੱਕ ਚੰਗੇ ਸਕੂਲ ਯੂਨੀਵਰਸਿਟੀ ਦੀ ਭਾਲ 'ਚ ਰਹਿੰਦੇ ਨੇ ਤਾਂ ਜੋ ਉਹਨਾਂ ਦੇ ਬੱਚਿਆਂ ਨੂੰ ਇੱਕ ਚੰਗੀ ਐਜੂਕੇਸ਼ਨ ਦਿੱਤੀ ਜਾ ਸਕੇ। ਖਾਸ ਕਰਕੇ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਹਮੇਸ਼ਾ ਤੋਂ ਵਿਦੇਸ਼ ਜਾਣ ਵਾਲੇ ਬੱਚੇ ਅਤੇ ਵਿਦੇਸ਼ਾਂ 'ਚ ਰਹਿਣ ਵਾਲੇ ਬੱਚੇ ਕਾਫੀ ਦਿਲਚਸਪੀ ਰੱਖਦੇ ਨੇ। ਇਸ ਤਰ੍ਹਾਂ ਦੇ ਬੱਚਿਆਂ ਦੀ ਮਦਦ ਲਈ ਅੱਗੇ ਆਈ ਹੈ ਔਰੀਅਸ ਯੂਨੀਵਰਸਿਟੀ ਆਫ ਮੈਡੀਸਨ, ਜਿਨ੍ਹਾਂ ਦੇ ਵੱਲੋਂ ਲੰਮੇ ਸਮੇਂ ਤੋਂ ਕਮਿਊਨਿਟੀ ਦੀ ਮਦਦ ਕੀਤੀ ਜਾਂਦੀ ਹੈ। ਇਸ ਸੰਸਥਾ ਦੇ ਐਗਜ਼ੀਕਿਊਟਿਵ ਡੀਨ ਡਾਕਟਰ ਗੁਰਮੀਤ ਚਲਾਣਾ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋ ਪਹਿਲਾਂ ਮੇਰਾ ਕੰਮ ਕਮਿਊਨਿਟੀ ਦੇ ਵਿੱਚ ਇਹ ਰਿਹਾ ਕਿ ਮੈਡੀਸਨ ਬਾਰੇ ਸਭ ਨੂੰ ਦੱਸਿਆ ਕਿ ਮੈਡੀਸਨ ਦੀ ਓਪਰਚੁਨਿਟੀ ਕਿੱਥੇ ਕਿੱਥੇ ਅਵੇਲੇਬਲ ਹੈਗੀਆਂ, ਅਤੇ ਜਿਸ ਤਰ੍ਹਾਂ ਕਿ ਮੈਂ ਲਰਨ ਕੀਤਾ ਸੀ ਆਪਣੇ ਫਾਰ ਈਸਟ ਇੰਡੀਆ ਤੋਂ ਕਿ ਸਕੂਲ ਬੱਚੇ ਦਸਵੀਂ ਤੋਂ ਬਾਅਦ ਹਾਈ ਸਕੂਲ ਤੋਂ ਬਾਅਦ ਸਕੂਲ ਚਲੇ ਮੈਡੀਕਲ ਸਕੂਲ ਚਲੇ ਜਾਂਦੇ ਆ, ਅਤੇ ਇੱਥੇ ਕਿ ਮੈਂ ਲਰਨ ਕੀਤਾ ਕਿ ਬੱਚੇ ਬੈਚਲਰ ਸਕੂਲ ਤੋਂ ਬਾਅਦ ਮੈਡੀਕਲ ਸਕੂਲ ਜਾਂਦੇ ਆ। ਤਾਂ ਫਿਰ ਤਾਂ ਥਰਡ ਜਿਹੜੀ ਲੈਗ ਲਰਨਿੰਗ ਕਰਵ ਸੀ ਉਹ ਆਪਣੇ ਉੱਥੇ ਕਰੀਬੀਅਨ ਤੋਂ ਪਤਾ ਲੱਗਿਆ ਕਿ ਬੱਚੇ ਦੋਨੇ ਇਹਨਾਂ ਜਿਹੜੇ ਡਿਸਿਪਲਿਨ ਨੂੰ ਮਿਲਾ ਸਕਦੇ ਆ, ਹਾਈ ਸਕੂਲ ਤੋਂ ਵੀ ਆ ਸਕਦੇ ਆ ਅਤੇ ਆਪਣੇ ਬੈਚਲਰ ਕਲਾਸਿਸ ਤੋਂ ਵੀ ਆ ਸਕਦੇ ਆ। ਅਤੇ ਦੂਸਰਾ ਮੇਰੇ ਵਾਸਤੇ ਬਹੁਤ ਵੱਡਾ ਟਾਸਕ ਸੀ ਕਿ ਇਸ ਐਜੂਕੇਸ਼ਨ ਨੂੰ ਅਫੋਰਡੇਬਲ ਕਿਵੇਂ ਬਣਾਇਆ ਜਾਵੇ, ਤਾਂ ਉਸ ਵਾਸਤੇ ਕਿਉਂਕਿ ਸਕੂਲ ਮੈਡੀਕਲ ਸਕੂਲ ਇਨ ਕੈਨੇਡਾ ਐਂਡ ਯੂ ਐੱਸ ਏ ਇਟਸ ਨਾਟ ਦੈਟ ਈਜ਼ੀ ਟੂ ਸਟਾਰਟ ਐਂਡ ਇਟਸ ਵੈਰੀ ਐਕਸਪੈਂਸਿਵ। ਤਾਂ ਮੈਂ ਇੰਡੀਆ 'ਚ ਵੀ ਜਾ ਕੇ ਸਟੱਡੀ ਕੀਤੀ ਕਿ ਮੈਡੀਕਲ ਸਕੂਲ ਦੀ ਐਜੂਕੇਸ਼ਨ ਕਿਵੇਂ ਅਫੋਰਡੇਬਲ ਬਣਾਇਆ ਜਾਵੇ, ਤਾਂ ਮੇਰੇ ਵਾਸਤੇ ਚੋਇਸ ਬੜੀ ਅਤੇ ਅਪਰਚੁਨਿਟੀ ਵੀ ਮਿਲੀ। ਚੋਇਸ ਆਈ ਕਿ ਮੈਂ ਅਰੂਬਾ ਦੇ ਸਕੂਲ ਵਿੱਚ ਇਨਵਾਲਵ ਹਾਂ, ਉਸ ਵਿੱਚ ਮੈਂ ਇਨਵਾਲਵ ਹੋਇਆ ਅਤੇ ਇਸ ਸਕੂਲ ਨੂੰ ਸ਼ੁਰੂ ਕੀਤਾ। ਇਸ ਟ੍ਰੇਨਿੰਗ ਲਈ ਕਿੱਥੇ ਕਿੱਥੇ ਬ੍ਰਾਂਚਾਂ ਖੋਲੀਆਂ ਗਈਆਂ ਨੇ ਅਤੇ ਕਿਵੇਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਸੰਬੰਧੀ ਵੀ ਉਹਨਾਂ ਜਾਣਕਾਰੀ ਕੁਝ ਇਸ ਤਰ੍ਹਾਂ ਦਿੱਤੀ। ਸਾਡੇ ਜਿਹੜੇ US ਦੇ ਵਿੱਚ ਹੈੱਡ ਆਫਿਸ ਹੈ, ਇਸ ਸਕੂਲ ਨੂੰ ਚਲਾਉਣ ਵਾਸਤੇ ਹੈੱਡ ਆਫਿਸ ਉੱਥੇ ਹੈ। ਸਾਡੀ ਬ੍ਰਾਂਚ ਇੱਥੇ ਬਰੈਂਪਟਨ 'ਚ ਵੀ ਰਿਕਰੂਟਿੰਗ ਬ੍ਰਾਂਚ ਸੀ, ਨਾਲ ਅਸੀਂ ਐਜੂਕੇਸ਼ਨ ਵੀ ਦਿੰਦੇ ਸੀ ਅਤੇ ਇਸ ਦੇ ਨਾਲ ਅਸੀਂ ਹੈੱਡ ਆਫਿਸ ਸਾਡਾ ਉੱਥੇ ਰਿਹਾ। ਅਰੂਬਾ ਦਾ ਵੀ ਸਾਰਾ ਮੇਨ ਕੰਮ ਐਡਮਿਸ਼ਨ ਉੱਥੋਂ ਹੁੰਦਾ, ਕਲੀਨਿਕਲ ਰੋਟੇਸ਼ਨ ਉੱਥੋਂ ਹੁੰਦੀਆਂ, ਦੋਨੇ ਮੇਨ ਚੀਜ਼ਾਂ ਹੈਗੀਆਂ ਉੱਥੇ ਹੁੰਦੀਆਂ। ਬਾਕੀ ਬੇਸਿਕ ਐਜੂਕੇਸ਼ਨ ਉਹ ਅਰੂਬਾ ਹੀ ਦਿੱਤੀ ਜਾਂਦੀ ਹੈ ਅਤੇ ਸਟੂਡੈਂਟਸ ਪਹਿਲੇ ਐਡਮਿਸ਼ਨ USA ਦੇ ਹੈੱਡ ਆਫਿਸ 'ਚ ਹੋ ਕੇ ਉਸ ਤੋਂ ਬਾਅਦ ਅਰੂਬਾ ਚਲੇ ਜਾਂਦੇ ਆ। ਅਰੂਬਾ ਉਹ 20 ਮਹੀਨੇ ਜਾਂ 2 ਸਾਲ ਤੋਂ ਥੋੜ੍ਹੇ ਘੱਟ ਲਗਾਉਂਦੇ ਆ, ਬੇਸਿਕ ਸਾਇੰਸਿਸ ਦੀ ਨੌਲੇਜ ਅਕੁਆਇਰ ਕਰਕੇ ਅਤੇ ਉਹ ਵਾਪਸ USA ਵਿੱਚ ਆ ਜਾਂਦੇ ਆ। ਫਿਰ ਅਸੀਂ ਉਹਨਾਂ ਨੂੰ US ਦੇ ਹੋਸਪਿਟਲ ਦੇ ਕੈਨੇਡਾ ਦੇ ਹੋਸਪਿਟਲ ਦੇ ਵਿੱਚ ਜਾ ਕੇ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਹਾਂ, ਜਿਹੜੀ ਕਿ ਲਾਈਵ ਟ੍ਰੇਨਿੰਗ ਹੈ ਔਨ ਪੇਸ਼ੈਂਟ ਇਨ ਦੀ ਹੋਸਪਿਟਲ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਡਿਗਰੀ ਦਿੱਤੀ ਜਾਂਦੀ ਹੈ। ਜੇ ਬੱਚੇ 'ਚ ਥੋੜ੍ਹਾ ਜਿਹਾ ਵੀ ਐਜੂਕੇਸ਼ਨ ਦਾ ਮੋਟੀਵੇਸ਼ਨ ਹੈਗੀ ਹੈ ਤਾਂ ਦੇ ਕੈਨ ਮੇਕ ਇਟ, ਐਂਡ ਦੈਟਸ ਵਰ ਸਾਡੀਆਂ ਇੱਛਾ ਹੀ ਰਹਿੰਦੀ ਹੈ ਕਿ ਬੱਚੇ ਸਾਰੇ ਸਕਸੀਡ ਹੋਣ। ਇਸ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਬੱਚੇ ਦੇ ਸ਼ੌਂਕ ਨੂੰ ਜਾਣਿਆ ਜਾਵੇ ਅਤੇ ਉਸਨੂੰ ਉਸੇ ਤਰੀਕੇ ਨਾਲ ਗਾਈਡ ਕੀਤਾ ਜਾਵੇ ਕਿ ਉਹ ਇਸ ਪ੍ਰੋਫੈਸ਼ਨ ਨੂੰ ਇੰਜੋਏ ਕਰ ਸਕੇ। ਜ਼ਰੂਰਤ ਪੈਣ 'ਤੇ ਬੱਚਿਆਂ ਦੇ ਮਾਪਿਆਂ ਦੇ ਨਾਲ ਵੀ ਗੱਲ ਕੀਤੀ ਜਾਂਦੀ ਹੈ। ਸਪੈਸ਼ਲ ਸਰਵਿਸ ਦੇ ਵਿੱਚ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਵੇਖੋ ਤੁਹਾਡਾ ਇੱਕ ਤਾਂ ਤੁਹਾਡੇ ਬੱਚੇ ਨੂੰ ਕਲਚਰਲ ਸ਼ੌਕ ਨਹੀਂ ਹੁੰਦਾ, ਕਿਉਂਕਿ ਉਹ ਬੱਚਿਆਂ ਨੂੰ ਫੋਰਿਸਟ ਭੇਜਦੇ ਸੀਗੇ ਸਟੂਡੈਂਟ ਨੂੰ ਆਪਣੇ ਇੰਡੀਆ ਜਾ ਕੇ, ਸਾਡੇ ਜਿਹੜੇ ਇੱਥੋਂ ਦੇ ਜੰਮੇ ਪਲੇ ਉਹਨਾਂ ਨੂੂੰ ਬੜਾ ਮੁਸ਼ਕਲ ਹੁੰਦਾ ਸੀਗਾ, ਉਹ ਨਹੀਂ ਹੈਗਾ। ਦੂਜੀ ਗੱਲ ਹੈ ਕਿ ਇੰਨੀ ਦੂਰ ਇਹ ਬੜਾ ਨਜ਼ਦੀਕ ਹੈਗਾ, ਓਨਲੀ 2000 ਮਾਈਲ 'ਤੇ ਹੈਗਾ, ਜਿਵੇਂ ਕਿ ਤੁਸੀਂ ਇੱਥੋਂ ਵੈਂਕੂਵਰ ਚਲੇ ਗਏ ਜਾਂ ਕੈਲੀਫੋਰਨੀਆ ਚਲੇ ਗਏ ਤਾਂ ਇੰਨੀ ਡਿਸਟੈਂਸ 'ਤੇ ਬੈਠੇ ਹੈਗੇ। ਤੀਸਰੀ ਗੱਲ ਹੈ ਕਿ ਤੁਹਾਡੇ ਪੇਰੈਂਟਸ ਨਾਲ ਅਸੀਂ ਕੰਟੈਕਟ ਰੱਖਦੇ ਹਾਂ, ਜੇ ਬੱਚਾ ਇੱਕ ਸਮੈਸਟਰ ਦੇ ਵਿੱਚ ਨਹੀਂ ਪਰਫਾਰਮ ਕਰਦਾ ਤਾਂ ਅਸੀਂ ਬੱਚੇ ਨਾਲ ਬੈਠ ਗੱਲ ਕਰਦੇ ਹਾਂ ਵੀ ਬਟ ਹਾਊ ਕੈਨ ਵੀ ਹੈਲਪ ਯੂ, ਐਂਡ ਇਫ ਇਟਸ ਨਾਟ ਵਰਕਿੰਗ ਆਊਟ
the second semester now working on, we talk to the parents also that this is not a, his bread and butter, so he should be choosing some other profession, you know. See. So first an information, talking about the whole education, teaching them the modern methods, you know, see, with the technology, highest level of technology we have, and bringing them back, you know, as soon as possible to the US and Canada is our main aim, to the keeping the children with the parents, you know. See. Aureus University ਵੱਲੋਂ ਚੁੱਕਿਆ ਗਿਆ ਇਹ ਕਦਮ ਕਾਫੀ ਮਦਦਗਾਰ ਸਮਝਿਆ ਜਾ ਸਕਦਾ ਹੈ ਕਿਉਂਕਿ ਇਸ ਦੇ ਨਾਲ ਮੈਡੀਕਲ ਪ੍ਰੋਫੈਸ਼ਨ ਚੁਣਨ ਵਾਲੇ ਬੱਚਿਆਂ ਨੂੰ ਕਾਫੀ ਸਹਾਇਤਾ ਮਿਲਦੀ ਹੈ ਅਤੇ ਕਮਿਊਨਿਟੀ ਦੀ ਸੇਵਾ ਵੀ ਚੰਗੇ ਤਰੀਕੇ ਨਾਲ ਉਹ ਕਰ ਪਾਉਂਦੇ ਨੇ।